ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਾ ਸ਼ਾਹ ਸਵਾਜਤਾ ਜੋ ਵਿਸ਼ਾ ਤੁਹਾਡੇ ਸਾਹਮਣੇ ਰੂਬਰੂ ਆਉਣਾ ਦਾ ਉਹ ਹੁਸ਼ਾਰਪੁਰ ਤੋਂ ਵਿਆਕਤੀ ਕੈਪਟਨ ਪੰਤੇ ਬ੍ਰਹਮਸ਼ੰਕਰ ਜਿੰਪਾ ਨੂੰ ਉਹ ਲੈ ਕੇ ਆ ਅੱਜ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਐਤਵਾਰ ਜਦੋਂ ਹੁਸ਼ਾਰਪੁਰ ਦੇ ਐਸਟੀਐਮ ਚੌਂਕ ਤੇ ਵਿੱਚ ਜਦੋਂ ਸ਼ਹੀਦ ਭਗਤ ਸਿੰਘ ਜੀ ਦੇ ਏ ਬੋਤ ਦੇ ਅੱਗੇ ਇਹ ਦੇਸ਼ ਦਾ ਕੌਮੀ ਤਿਰੰਗਾ ਝੰਡਾ ਚੜਾਇਆ ਜਾਣਾ ਸੀ ਤਾਂ ਉਸ ਵਕਤ মিডিਆ ਨੂੰ ਲੈ ਕੇ ਹੁਸ਼ਾਰਪੁਰ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਇੱਕ ਬੜੀ ਮੰਦਭਾਗੀ ਜਿਹੜੀ ਉਹ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਇਹ ਵਰਤੋਂ ਉਸ ਵਕਤ ਕੀਤੀ ਗਈ ਸੀ ਜਦੋਂ মিডিਆ ਨੇ ਮੰਤਰੀ ਦਾ ਭਾਸ਼ਣ ਜਿਹੜਾ ਆਮ ਲੋਕਾਂ ਤੱਕ ਪਹੁੰਚਾਉਣ ਲਈ ਜੋ ਸਾਊਂਡ ਸਿਸਟਮ ਨੂੰ ਕੁੰਡੀ ਲਗਾਈ ਗਈ ਸੀ ਟਰਾਂਸਫਾਰਮਰ ਤੋਂ ਸਿੱਧੀ ਉਹ ਕੁੰਡੀ ਹੈ ਜਿਹੜੀ ਉਹ ਬਿਜਲੀ ਦੀ ਚੋਰੀ ਹੈ ਜਿਹੜੀ ਉਹ ਫਰਦ ਲਈ ਸੀ ਤਾਂ ਜਦੋਂ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਸਵਾਲ ਕੀਤਾ ਸੀ ਉਸ ਵਕਤ ਤਾਂ ਉਹਨਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਸੀ ਪਰੰਤੂ ਇਹ ਬਾਅਦ ਦੇ ਵਿੱਚ ਮੀਡੀਆ ਤੇ ਦਬਾਅ ਪਾਉਣ ਲਈ ਮੀਡੀਆ ਨੂੰ ਸਿੱਧੇ ਤੌਰ ਤੇ ਮੰਤਰੀ ਕੈਬਨਟ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਹੋਰ ਵੱਲੋਂ ਮੀਡੀਆ ਨੂੰ ਧਮਕਾਇਆ ਗਿਆ ਸੀ ਤੇ ਇਥੋਂ ਤੱਕ ਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਇੱਕ ਵੀਡੀਓ ਨਸ਼ਰ ਕਰਕੇ ਜੇ ਆਪਾਂ ਕਹਿ ਸਕਦੇ ਕਿ ਵੀਡੀਓ ਜਾਂ ਤੱਕ ਕਰਕੇ ਇਥੋਂ ਤੱਕ ਕਿਹਾ ਗਿਆ ਸੀ ਕਿ ਜੇਕਰ ਸਾਡੇ ਤੋਂ ਅਜਿਹੇ ਸਵਾਲ ਪੁੱਛੇ ਜਾਣਗੇ ਤਾਂ ਅਸੀਂ ਕਾਰਵਾਈਆਂ ਕਰਾਂਗੇ ਸੋ ਅੱਜ ਦਾ ਸਾਡਾ ਇਹ ਵਿਸ਼ਾ ਹੈ ਗੱਲਬਾਤ ਕਰਨ ਲਈ ਐਸੇ ਵਿਸ਼ੇ ਤੇ ਅੱਜ 2-4 ਮਿੰਟ ਤੁਹਾਡੇ ਸਾਹਮਣੇ ਰੂਬਰੂ ਹੋਣਾ ਸੀ ਕਿਉਂਕਿ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਇਸ ਵਿਸ਼ੇ ਤੇ ਸੋ ਲੱਗਦਾ ਸੀ ਕਿ ਕੋਈ ਮੀਡੀਆ ਵਾਲਾ ਜਿਹੜਾ ਜ਼ਰੂਰ ਬੋਲੇਗਾ ਕਿਉਂਕਿ ਇਹ ਦਾਰਾ ਉਹ ਸ਼ਾਰਪ ਨਿਊਜ਼ ਉਸ ਵਕਤ ਤੋਂ ਹੀ ਲਗਾਤਾਰ ਜਿਹੜੀ ਨਿਖੇਦੀ ਚਲਾ ਰਿਹਾ ਜਿਵੇਂ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਠੋਕ ਵਜਾ ਕੇ ਚੁੱਕੀਦਾ ਹੈ ਬਿਨਾਂ ਕਿਸੇ ਡਰ ਭੈਅ ਤੋਂ ਚੁੱਕਦਾ ਹੈ ਸੋ ਜੇਕਰ ਜਦੋਂ ਕੋਈ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਚਾਹੇ ਐਮਐਲਏ ਆ ਤੇ ਚਾਹੇ ਅਫਸਰ ਆ ਤੇ ਚਾਹੇ ਜਿਹੜਾ ਮਰਜ਼ੀ ਹੋਵੇ ਜੇਕਰ ਕੋਈ ਮੀਡੀਆ ਤੇ ਵੀ ਉਂਗਲ ਚੱਕੂਗਾ ਅਸੀਂ ਆਪਣੇ ਆਪਣੇ ਲਈ ਅਸੀਂ ਆਪਣੀ ਖੋਦੀ ਆਵਾਜ਼ ਬਣ ਸਕਦੇ ਆ ਹਾਲਾਂਕਿ ਆਮ ਲੋਕਾਂ ਵੱਲੋਂ ਬਹੁਤ ਸਾਰਾ ਪਿਆਰ ਆ ਜਿਹੜਾ ਉਹ ਮੀਡੀਆ ਨੂੰ ਦਿੱਤਾ ਜਾਂਦਾ ਕਿਉਂਕਿ ਇਹ ਅਦਾਰਾ ਹੁਸ਼ਾਰਪੁਰ ਨਿਊਜ਼ ਸਮੇਂ-ਸਮੇਂ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੈ ਜਿਹੜਾ ਉਹ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਂਦਾ ਰਹਿੰਦਾ ਚਾਹੇ ਉਹ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸੀਸੀਟੀਵੀ ਕੈਮਰਾ ਦੀ ਗੱਲ ਕਰੀਏ ਈਕੋ ਪਾਰਕ ਦੀ ਗੱਲ ਕਰੀਏ ਜਿਹੜੀ ਲੱਖਾਂ ਦਾ ਤੋਹਫ਼ਾ ਇੱਕ ਮੰਤਰੀ ਸਾਹਿਬ ਨੇ ਦਿੱਤਾ ਗੰਦਗੀ ਭਰੋਸੀ ਗਈ ਹੈ ਜਿਹੜੀ ਆਮ ਲੋਕਾਂ ਨੂੰ ਸੋ ਅਵਾਰਾ ਪਸ਼ੂਆਂ ਦੀ ਗੱਲ ਕਰੀਏ ਗੰਦਗੀ ਦੀ ਗੰਦਗੀ ਦੇ ਢੇਰਾਂ ਦੀ ਗੱ ਕਰਪਰ نیوز ਵੱਲੋਂ ਉਸ ਆਵਾਜ਼ ਨੂੰ ਆਮ ਲੋਕਾਂ ਦੀ ਆਵਾਜ਼ ਨੂੰ ਆਮ ਜਨਤਾ ਦੀ ਆਵਾਜ਼ ਨੂੰ ਹੈ بڑا ਜੋਰ ਸ਼ੋਰ ਦੇ ਨਾਲ ਜਿਹੜਾ ਉਹ ਚੁੱਕਿਆ ਜਾਂਦਾ ਹੈ ਤੇ ਸਰਕਾਰੀ ਦਰਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਉਹ ਮਸਲਾ ਜਿਹੜਾ ਪਹੁੰਚਾਇਆ ਜਾਂਦਾ ਹੈ ਸਭ ਤੋਂ ਸਾਰੇ ਮਸਲੇ ਆ ਜਿਹੜੇ ਉਹ ਹੱਲ ਵੀ ਹੋਏ ਨੇ ਜਦੋਂ ਸਾਡੇ ਵੱਲੋਂ ਸਮੇਂ-ਸਮੇਂ ਤੇ মিডিਆ ਵੱਲੋਂ ਖਬਰਾਂ ਐਨਸਰ ਕੀਤੇ ਜਾਂਦੀਆਂ ਨੇ ਸੋ ਪਿਛਲੇ ਐਤਵਾਰ ਦਾ ਦਿਹਾੜਾ ਹੁੰਦਾ ਜਿਸ ਵਕਤ ਹੁਸ਼ਾਰਪੁਰ ਦੇ ਵਿੱਚ ਇੱਕ ਸਮਾਗਮ ਰੱਖਿਆ ਹੁੰਦਾ ਸਾਡੀ ਦੇਸ਼ ਦੀ ਸ਼ਾਨ ਤੇ ਰੰਗਾ ਝੰਡਾ ਚੜਾਇਆ ਜਾਣਾ ਹੁੰਦਾ ਹੁਸ਼ਾਰਪੁਰ ਦੇ ਵਿੱਚ ਕਿਉਂਕਿ ਲੋਕ ਲੋਕਾਂ ਨੂੰ ਬਹੁਤ ਸਾਰੀ ਖੁਸ਼ੀ ਸੀ ਲੋਕ ਬਹੁਤ ਭੱਬਾ ਭਾਰ ਸੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਇੱਕ ਵੱਡੀ ਸੁਗਾਤ ਮਿਲੀ ਹੈ ਸਰਕਾਰ ਵੱਲੋਂ ਸੋ ਇਹ ਦੇਖੋ ਚੰਗੇ ਕੰਮ ਦੀ ਛਲਾਗਾ ਕਰਨੀ ਵੀ ਬਣਦੀ ਹੈ ਜਿੱਥੇ ਮਾੜਾ ਕੰਮ ਸਰਕਾਰ ਕਰਦੀ ਹੈ ਮਾੜੀ ਕਾਰਗੁਜ਼ਾਰੀ ਕਰਦੀ ਹੈ ਉਸ ਦੀ ਜਿਹੜੀ ਆਲੋਚਨਾ ਵੀ ਹੋਣੀ ਚਾਹੀਦੀ ਹੈ ਉਸ ਉਸ ਚੀਜ਼ ਦੀ ਸੋ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਇਸ ਤਰ੍ਹਾਂ ਦੇ ਨਾਲ ਮੀਡੀਆ ਨੂੰ ਤੰਕਾਇਆ ਗਿਆ ਸੀ ਸੋ ਅੱਜ ਦਾ ਉਹੀ ਵਿਸ਼ਾ ਹੈ ਇਹ ਮੈਂ ਹੁਸ਼ਾਰਪੁਰ ਤੋਂ ਸਾਡੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਜੀ ਨੂੰ ਉਹਨਾਂ ਦੇ ਪੁਰਾਣੇ ਦਿਨ ਯਾਦ ਕਰਾਉਣਾ ਚਾਹੁੰਦਾ ਚਾਹੁੰਦਾ ਜੇ ਜਦੋਂ ਨਾ ਤਾਂ ਉਹ ਐਮਐਲਏ ਸੀ ਨਾ ਤਾਂ ਉਹ ਮੰਤਰੀ ਸੀ ਤੇ ਨਾ ਹੀ ਉਹ ਸੱਤਾ ਦੇ ਵਿੱਚ ਸੀ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੇ ਕੋਲ ਕੋਈ ਦੇ ਪੁਆਇੰਟ 1% 0.1 ਫੀਸਤੀ ਦੀ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੇ ਕੋਲ ਕੋਈ ਪਾਵਰ ਸੀ ਪਰੰਤੂ ਜਦੋਂ ਪਾਵਰ ਦੇ ਵਿੱਚ ਆ ਜਾਂਦੇ ਨੇ ਕਿਸ ਤਰ੍ਹਾਂ ਦਾ ਰਵਈਆ ਰਿਹਾ ਸ਼ੁਰੂ ਤੋਂ ਹੀ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣ ਜਾਣੂ ਹੈ ਇਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਆਗੂ ਨੇ ਵਲੰਟੀਅਰਸ ਨੇ ਉਹ ਕਿਸ ਤਰ੍ਹਾਂ ਦੁਖੀ ਨੇ ਉਹ ਵੀ ਆਪਾਂ ਖਬਰਾਂ ਜਿਹੜੀਆਂ ਸਮੇਂ-ਸਮੇਂ ਤੇ ਨਸ਼ਰ ਕੀਤੀਆਂ ਨੇ ਦੁਖੀ ਨਹੀਂ ਨਿਰਾਸ਼ ਨੇ ਕਿਉਂਕਿ ਅਣਦੇਖਿਆ ਕੀਤਾ ਗਿਆ ਕਿਉਂਕਿ ਮੰਤਰੀ ਸਾਹਿਬ ਉਹ ਹੀ ਆਪਣੀ ਜਿਹੜੀ ਉਹ ਪੁਰਾਣੀ ਜਿਹਨੂੰ ਇਹ ਕਹਿੰਦੇ ਸੀ ਇੱਕ ਸੀ ਪੀਟੀ ਕਾਂਗਰਸ ਹੈ ਉਹਨਾਂ ਦੇ ਕੌਂਸਲਰ ਹੁਣ ਨਾਲ ਲੈ ਕੇ ਦੰਦਰੋਂਦੇ ਫਿਰਦੇ ਨੇ ਸੜਕਾਂ ਤੇ ਸੋ ਜਿਸ ਤਰ੍ਹਾਂ ਦੇ ਨਾਲ ਇਹ ਮੰਤਰੀ ਬ੍ਰਹਮਸ਼ੰਕਰ ਜੀ ਪਾਵਲੂ ਮੀਡੀਆ ਨੂੰ ਤੰਕਾਇਆ ਗਿਆ ਉਸ ਨੂੰ ਜਿੱਥੇ ਮੀਡੀਆ ਤਬਕੇ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਵਕਵਾ ਕੇ ਰਾਜਸੀ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਨੁਮਾਇੰਦਿਆਂ ਵੱਲੋਂ ਵੀ ਇਸ ਦੀ ਸਖਤ ਲੈਹਜ਼ੇ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਸੋ ਮੰਤਰੀ ਸਾਹਿਬ ਚੋਣਾਂ ਤੋਂ ਪਹਿਲਾਂ ਤੁਹਾਨੂੰ ਮੈਂ ਦਿਨੋਂ ਜਾਦ ਕਰਾਉਣਾ ਚਾਹੁੰਦਾ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਟੈਸਟ ਕਰਨਾ ਹੁੰਦਾ ਸੀ ਜਦੋਂ ਤੁਸੀਂ ਹਲਕਾ ਇੰਚਾਰਜ ਸੀ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਪ੍ਰੋਟੈਸਟ ਕਰਨਾ ਹੁੰਦਾ ਸੀ ਚਾਹੇ ਉਹ ਡੀਸੀ ਦਫ਼ਤਰ ਦੇ ਬਾਹਰ ਸੰਘਰਸ਼ ਕਰਨਾ ਹੁੰਦਾ ਸੀ ਚਾਹੇ ਜਦੋਂ ਤੁਹਾਨੂੰ ਟੁੱਟੀਆਂ ਸੜਕਾਂ ਤੇ ਤੁਹਾਡੀ ਨਜ਼ਰ ਪੈਂਦੀ ਸੀ ਉਹ ਟੁੱਟੀਆਂ ਸੜਕਾਂ ਨੂੰ ਲੈ ਕੇ ਤੁਸੀਂ ਸੰਘਰਸ਼ ਕਰਨਾ ਹੁੰਦਾ ਸੀ ਝੋਨਾ ਲਾਉਣਾ ਹੁੰਦਾ ਸੀ ਕੂੜੇ ਦੇ ਢੇਰਾਂ ਤੇ ਤੁਸੀਂ ਜਦੋਂ ਪੰਜਾਬ ਸਰਕਾਰ ਮੁਰਦਾਬਾਦ ਦਿਓ ਉਹ ਜਿਹੜੀਆਂ ਤਖਤੀਆਂ ਉਹ ਵਿੱਚ ਬਿਠਾਉਣੀਆਂ ਹੁੰਦੀਆਂ ਸੀ ਉਹ ਵਿੱਚ ਲਗਾਉਂਦੇ ਹੁੰਦੇ ਸੀ ਤਾਂ মিডিਆ ਵੱਲ ਬੜੀ ਸੋਹਣੀ ਸਮਾਈ ਲਿਆ ਕਰਕੇ ਫੇਸ ਜਾ ਕਰਕੇ ਆਪਣੇ ਫੋਟੋ ਦਿਖਾਉਂਦੇ ਹੁੰਦੇ ਸੀ মিডিਆ ਮੰਤਰੀ ਸਾਹਿਬ ਇਹ ਉਹੀ মিডিਆ ਜਿਸ ਨੇ ਤੁਹਾਨੂੰ ਚਮਕਾਇਆ ਇਹ ਉਹੀ মিডিਆ ਜਿਸ ਨੇ ਤੁਹਾਡੇ ਬਿਆਨ ਜਾਰੀ ਕੀਤੇ ਸੀ ਇਹ ਉਹੀ ਇਲੈਕਟ੍ਰੋਨਿਕ মিডিਆ ਚਾਹੇ ਵੈਬ ਚੈਨਲ মিডিਆ ਚਾਹੇ ਉਹ ਸੋਸ਼ਲ ਮੀਡੀਆ ਹੈ ਜਿਸ ਨੇ ਤੁਹਾਨੂੰ ਦਿਨ ਰਾਤ ਚਮਕਾਇਆ ਸੀ ਤੁਹਾਡੀ ਆਵਾਜ਼ ਹੈ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਾਈ ਸੀ ਸੋ ਚੋਣਾਂ ਤੋਂ ਪਹਿਲਾਂ ਤਾਂ ਤੁਸੀਂ ਇਨਕਲਾਬ ਦਾ ਨਾਰਾ ਜਿਹੜਾ ਬਹੁਤ ਵਧੀਆ ਢੰਗ ਦੇ ਨਾਲ ਦਿੰਦੇ ਸੀ ਪਰੰਤੂ ਚੋਣਾਂ ਤੋਂ ਬਾਅਦ ਪਤਾ ਨਹੀਂ ਇਨਕਲਾਬ ਸ਼ਾਇਦ ਤੁਹਾਨੂੰ ਹੀ ਇਨਕਲਾਬ ਇਨਕਲਾਬ ਦੀ ਜਿਹੜੀ ਉਹ ਡੈਫੀਨੇਸ਼ਨ ਭੁੱਲ ਚੁੱਕੀ ਹੈ ਸੋ ਅੱਜ ਦਾ ਤਾਂ ਹੀ ਮੈਂ ਇੱਕ ਗੱਲਬਾਤ ਨੂੰ ਬੜੇ ਦੁੱਖ ਵੀ ਹੋਇਆ ਜਦੋਂ ਆ ਮੰਤਰੀ ਸਾਹਿਬ ਦਾ ਜਿਹਾ ਆ ਪਰ ਰਵਈਆ ਦੇਖਿਆ ਵਰਤਾਰਾ ਦੇਖਿਆ ਮੀਡੀਆ ਨੂੰ ਲੈ ਕੇ ਕਿ ਮੀਡੀਆ ਨਕਾਰ ਦੇਵੇਗਾ ਲੋਕ ਆਮ ਲੋਕ ਆ ਜਿਹੜੇ ਅਜਿਹੇ ਮੀਡੀਆ ਹਾਊਸ ਨੂੰ ਨਕਾਰ ਦੇਣਗੇ ਅਖੇ ਜੀ ਸੀਟੀ ਸਕੈਨ ਚੋਰੀ ਹੋ ਗਈ ਸੀ ਉਹਦੀ ਖਬਰ ਨਹੀਂ ਕਿਸੇ ਨੇ ਲਾਈ ਤਾਰ ਚੋਰੀ ਹੋ ਗਈ ਉਹਦੀ 10 ਵਾਰੀ ਖਬਰ ਲਾਤੀ ਮੈਂ ਕਹਿੰਦਾ ਨਹੀਂ ਦੁਬਾਰਾ ਤਾਰ ਚੋਰੀ ਹੋਵੇ 10 ਵਾਰੀ ਕੀ 20 ਵਾਰੀ ਫੇਕ ਖਬਰ ਲਗੂਗੀ ਮੈਂ ਵੀ ਲਾਉਂਗਾ ਬਾਕੀ ਵੀ ਲਗਾਣਗੇ ਜੋ ਜਿਸ ਤਰ੍ਹਾਂ ਪੱਤਰਕਾਰ ਆਪਣੀ ਕਾਰਗੁਜ਼ਾਰੀ ਕਰਦਾ ਹੈ ਮੀਡੀਆ ਹਾਊਸ ਉਸ ਤਰ੍ਹਾਂ ਕਰੇਗਾ ਹਰ ਇੱਕ ਪੱਤਰਕਾਰ ਜਦੋਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਇਨਸੀਡੈਂਟ ਹੁੰਦਾ ਤਾਂ ਉਹ ਜ਼ਰੂਰ ਲਗਾਉਂਦਾ ਸੋ ਜੇ ਤੁਹਾਨੂੰ ਮੈਂ ਯਾਦ ਕਰਵਾਉਣਾ ਚਾਹੁੰਦਾ ਹੈ ਹੋ ਸਕਦਾ ਹੈ ਕਿ ਮੰਤਰੀ ਦਾ ਅਹੁਦਾ ਐਮਿਲੈਂਟ ਤੋਂ ਬਾਅਦ ਸ਼ਾਇਦ ਤੁਹਾਡੇ ਰਜ਼ੀਵਿਆਂ ਉਹ ਜਿਹੜੇ ਜ਼ਿਆਦਾ ਵੀਸੀ ਹੋ ਗਏ ਹੁਣ ਤਾਂ ਪੁਰਾਣੀਆਂ ਗੱਲਾਂ ਨੂੰ ਤੁਸੀਂ ਭੁੱਲ ਚੁੱਕੇ ਹੋਵੋਗੇ ਸੋ ਮੰਤਰੀ ਸਾਹਿਬ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਜਦੋਂ ਸਿਟੀ ਸਕੈਨ ਦਾ ਮੁੱਦਾ ਬੜੀ ਜ਼ੋਰ ਸ਼ੋਰ ਦੇ ਨਾਲ ਦੋ ਭੱਖਿਆ ਹੋਇਆ ਸੀ ਸਿਵਲ ਹਸਪਤਾਲ ਦੇ ਵਿੱਚ ਕਿ ਮਸ਼ੀਨ ਪਈ ਹੋਈ ਹੈ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਜਾਂ ਇਸ ਇਹ ਨਹੀਂ ਲੱਗੇਗੀ ਜਾਂ ਇਹ ਵਾਪਸ ਪਰਤ ਜਾਵੇਗੀ ਸੋ ਉਸ ਨੂੰ ਲੈ ਕੇ ਸਮੇਂ-ਸਮੇਂ ਤੇ মিডিਆ ਹਾਊਸ ਵੱਲੋਂ ਬਹੁਤ ਜ਼ੋਰ-ਸ਼ੋਰ ਦੇ ਨਾਲ ਕਵਰਿੰਗ ਕੀਤੀ ਜਾਂਦੀ ਸੀ ਪੁਤਲੇ ਵੀ ਫੂਕੇ ਗਏ ਸਨ ਉਸ ਵਕਤ ਵੱਖ-ਵੱਖ ਸੰਸਥਾਵਾਂ ਵੱਲੋਂ ਉਹ ਵੀ মিডিਆ ਵੱਲੋਂ ਇਹ ਬੜਾ ਦਿਖਾਇਆ ਜਾਂਦਾ ਸੀ ਨਹੀਂ ਤਾਂ ਤੁਸੀਂ ਪੁਰਾਣਾ ਰਿਕਾਰਡ ਤੁਸੀਂ মিডিਆ ਦਾ ਅਖਬਾਰਾਂ ਦਾ ਤੁਸੀਂ ਚੈੱਕ ਕਰ ਸਕਦੇ ਹੋ ਹਰ ਇੱਕ ਅਖਬਾਰ ਵਾਲੇ ਨੇ ਵੀ ਉਸ ਵਕਤ ਦੀ ਖਬਰ ਹੈ ਜਿਹੜੀ ਉਹ ਬੜੀ ਜ਼ੋਰ-ਸ਼ੋਰ ਦੇ ਨਾਲ ਹਰ ਇੱਕ মিডিਆ ਹਾਊਸ ਵੱਲੋਂ ਦਿਖਾਈ ਗਈ ਸੀ ਸੋ ਗੱਲ ਕਰੀਏ ਤੁਸੀਂ ਕਹਿੰਦੇ ਹੋ ਕਿ ਖਬਰ ਨਹੀਂ ਦਿਖਾਈ ਖਬਰਾਂ ਲਗਾਈਆਂ ਤੁਸੀਂ ਦੇਖ ਸਕਦੇ ਹੋ ਭਲੀ ਭਾਂਤ ਦੇਖ ਸਕਦੇ ਹੋ ਤੁਸੀਂ ਕਹਿੰਦੇ ਹੋ ਕਿ ਅਜਿਹੇ মিডিਆ ਹਾਊਸ ਨੂੰ ਆਮ ਲੋਕ ਹੈ ਜਿਹੜੇ ਉਹ ਨਕਾਰ ਦੇਣਗੇ ਪਰੰਤੂ ਮੰਤਰੀ ਸਾਹਿਬ ਮੈਂ ਤਾਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਅੱਜ ਵੋਟਾਂ ਹੋ ਜਾਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕਿ ਲੋਕ মিডিਆ ਨੂੰ ਨਕਾਰਦੇ ਨੇ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਨਕਾਰਦੇ ਨੇ ਸਿੱਧਾ ਤੌਰ ਤੇ ਮੈਂ ਸ਼ਬਦਾਵਲੀ ਇਸ ਕਰਕੇ ਬੋਲ ਰਿਹਾ ਕਿਉਂਕਿ ਤੁਸੀਂ ਸਾਨੂੰ ਇਸ মিডিਆ ਹਾਊਸ ਨੂੰ ਕਿ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਨੂੰ ਵੀ ਬਹੁਤ ਜ਼ਿਆਦਾ ਦੁੱਖ ਹੈ ਮੇਰੇ ਜ਼ਹਿਨ ਦੇ ਵਿੱਚ ਵੀ ਬਹੁਤ ਸਾਰਾ ਰੋਸ ਹੈ ਜਿਸ ਤਰ੍ਹਾਂ ਦੀ ਸ਼ਬਦਾਵਲੀ ਤੁਹਾਡੇ ਵੱਲੋਂ ਮੰਤਰੀ ਸਾਹਿਬ ਵਰਤੀ ਗਈ ਹੈ ਉਹੀ ਇਹ মিডিਆ ਹਾਊਸ ਹੈ ਜਿਸਨੇ ਚੋਣਾਂ ਤੋਂ ਪਹਿਲਾਂ ਤੁਹਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਇਹੋ ਹੀ মিডিਆ ਹਾਊਸ ਹੈ ਜਦੋਂ ਤੁਸੀਂ ਤੁਹਾਡੀ ਬਾਹ ਜਿਹੜੀ ਉਹ মিডিਆ ਨੇ ਫੜੀ ਸੀ ਜਦੋਂ ਤੁਸੀਂ ਚਾਹੇਓ ਇਹ ਮਹਿੰਗੀ ਬਿਜਲੀ ਨੂੰ ਲੈ ਕੇ ਪ੍ਰੋਟੈਸਟ ਕਰਦੇ ਸੀ ਕਿਸੇ ਵੀ ਤਰ੍ਹਾਂ ਦਾ ਮੰਤਰੀ ਸਾਹਿਬ ਤੁਸੀਂ ਪ੍ਰੋਟੈਸਟ ਕਰਦੇ ਸੀ ਸੰਘਰਸ਼ ਕਰਦੇ ਸੀ ਤਾਂ মিডিਆ ਹਾਊਸ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਤੁਹਾਡਾ ਸਾਥ ਦਿੱਤਾ ਸੀ ਪਰੰਤੂ ਜਿਸ ਤਰ੍ਹਾਂ ਦੀ ਤੁਸੀਂ ਇਹ ਸ਼ਬਦਾਵਲੀ ਵਰਤੀ ਹੈ ਤੁਹਾਨੂੰ ਆਪਣੇ ਸ਼ਬਦ ਆ ਜਿਹੜੇ ਉਹ ਵਾਪਸ ਲੈਣੇ ਚਾਹੀਦੇ ਨੇ ਜਿਸ ਤਰ੍ਹਾਂ ਵੀਡੀਓ ਜਨ ਤੱਕ ਹੋਈ ਹੈ মিডিਆ ਨੂੰ ਤੁਮ ਘਾਉਣ ਦੀ ਉਸੇ ਤਰ੍ਹਾਂ ਹੀ ਤੁਹਾਨੂੰ ਦੁਬਾਰਾ ਆਪਣੇ ਇੱਕ ਵੀਡੀਓ ਜਨ ਤੱਕ ਕਰਕੇ মিডিਆ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਆਪਣੇ ਪੁਰਾਣੇ ਦਿਨ ਵੀ ਮੰਤਰੀ ਸਾਹਿਬ ਜ਼ਰੂਰ ਯਾਦ ਕਰਨੇ ਚਾਹੀਦੇ ਨੇ ਕਿਉਂਕਿ ਵੱਖ-ਵੱਖ ਚਾਹੇ ਉਹ ਭਾਜਪਾ ਦੀ ਆਪਾਂ ਗੱਲ ਕਰੀਏ ਚਾਹੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਪੁਰਾਣੀਆਂ ਐਗਜ਼ਾਮਪਲ ਆ ਪੁਰਾਣੀਆਂ ਉਦਾਹਰਨਾਂ ਜਿਹੜੀਆਂ ਮੀਡੀਆ ਨੂੰ ਲੈ ਕੇ ਦਿੱਤੀਆਂ ਨੇ ਕਿ ਕਿਵੇਂ ਜਦੋਂ ਏ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਸਨ ਜਦੋਂ ਤਾਂ ਉਸ ਵਕਤ ਉਹਨਾਂ ਵੱਲੋਂ ਮੀਡੀਆ ਦੀ ਆਜ਼ਾਦੀ ਨੂੰ ਪ੍ਰੈਸ ਦਾ ਗਲਾ ਦਬਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਨਤੀਜੇ ਕਿਸ ਤਰ੍ਹਾਂ ਦੇ ਸਾਹਮਣੇ ਆਏ ਸਨ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੋ ਸੋ ਮੰਤਰੀ ਸਾਹਿਬ ਤੁਹਾਨੂੰ ਉਸ ਤੋਂ ਜ਼ਰੂਰ ਸਬਕ ਲੈਣਾ ਚਾਹੀਦਾ ਕਿਉਂਕਿ ਤੁਸੀਂ ਵੀ ਕਾਂਗਰਸ ਵਿੱਚੋਂ ਹੀ ਆਏ ਹੋ ਤੁਸੀਂ ਆਪਣੇ ਮੋਹ ਦੱਸਦੇ ਹੋ ਕਿ ਤੁਹਾਡਾ 40 ਸਾਲ ਦਾ ਤਜਰਬਾ ਸਿਆਸਤ ਦਾ ਸਿਆਸਤ ਦੇ ਵਿੱਚ ਹੈ ਤੇ 40 ਦੇ 40 ਸਾਲ ਮੈਨੂੰ ਲੱਗਦਾ ਸ਼ਾਇਦ ਤੁਸੀਂ ਕਾਂਗਰਸ ਦੇ ਵਿੱਚ ਹੀ ਲਗਾਏ ਹੋਣਗੇ ਝਾੜੂ ਵਾਲਿਆਂ ਦਾ ਪੱਲਾ ਫੜਿਆ ਨੂੰ ਤਾਂ ਤੁਹਾਨੂੰ ਮਹਿਜ਼ 2 ਜਾਂ ਸਵਾ ਦੋ ਸਾਲ ਦਾ ਸਮਾਂ ਹੀ ਹੋਇਆ ਹੋਵੇਗਾ ਸੋ ਤੁਸੀਂ ਆਪਣੀ ਪੁਰਾਣੀ ਪਾਰਟੀ ਦਾ ਪੁਰਾਣਾ ਇਤਿਹਾਸ ਤੁਸੀਂ ਮੰਤਰੀ ਸਾਹਿਬ ਤੁਹਾਨੂੰ ਵੇਖਣਾ ਚਾਹੀਦਾ ਹੈ ਸ਼ਾਇਦ ਤੁਸੀਂ ਵੇਖਿਆ ਵੀ ਹੋਵੇਗਾ ਤੁਹਾਨੂੰ ਪਤਾ ਵੀ ਹੋਵੇਗਾ ਕਿ ਜਦੋਂ ਕੋਈ মিডিਆ ਦਾ ਗਲਤ ਬਵਾਉਂਦਾ ਹੈ মিডিਆ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਕਿਸ ਤਰ੍ਹਾਂ ਦੇ ਸਾਹਮਣੇ ਆਉਂਦੇ ਨੇ ਸੋ ਇੱਕ ਵਾਰ ਮੋੜ ਤੋਂ ਮੈਂ ਅਪੀਲ ਕਰਾਂਗਾ ਕਿ ਤੁਹਾਨੂੰ মিডিਆ ਦੇ ਕੋਲੋਂ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਤੁਸੀਂ মিডিਆ ਨੂੰ ਲੈ ਕੇ ਸ਼ਬਦਾਵਲੀ ਵਰਤੀ ਹੈ ਤੁਸੀਂ মিডিਆ ਨੂੰ ਥ्रेट ਕੀਤਾ ਸਿੱਧੇ ਤੌਰ ਤੇ ਤੁਸੀਂ ਧਮਕੀ ਦਿੱਤੀਆਂ ਉੱਥੇ ਮੈਂ ਹੁਸ਼ਿਆਰਪੁਰ ਦੇ মিডিਆ ਨੂੰ ਚਾਹੇ ਉਹ ਅਖਬਾਰਾਂ ਦੇ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ ਨੇ ਚਾਹੇ ਉਹ ਵੈਬ ਚੈਨਲਸ ਦੇ ਨੇ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਨੇ ਸਾਨੂੰ ਸਾਰਿਆਂ ਨੂੰ ਵੀ ਇੱਕ ਸਾਂਝੇ ਤੌਰ ਤੇ ਹਮਲਾ ਮਾਰਨਾ ਚਾਹੀਦਾ ਹੈ ਕਿਉਂਕਿ ਅਸੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਾਂ ਸਰਕਾਰੀ ਦਰਵਾਜ਼ੇ ਲਿਆਂਦੇ ਆ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਂਦੇ ਤਰ੍ਹਾਂ ਦੇ ਜਿਹੜੇ ਸਾਡੇ মিডিਆ ਵਾਲੇ ਆਗੂ ਵੀ ਨੇ ਉਹਨਾਂ ਦਾ ਬਿਆਨ ਵੀ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਸਾਹਮਣੇ ਨਹੀਂ ਆਇਆ ਸੋ ਆਖਿਰ ਦੇ ਵਿੱਚ ਮੈਂ মিডিਆ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਅੱਜ ਇਸ ਤਰ੍ਹਾਂ ਦਾ ਵਰਤਾਰਾ ਸਾਡੇ ਸਾਹਮਣੇ ਆਉਂਦਾ ਹੈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਧਮਕੀਆਂ ਇਹੋ ਜਿਹੇ ਰਵਈਏ ਰਾਜਨੀਤਿਕ ਆਗੂਆਂ ਦੇ ਉਹ ਆਮ ਹੀ ਬਣ ਕੇ ਰਹਿ ਜਾਣਗੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਸ਼ਰਪਰ ਨਿਊਜ਼ ਦੇ ਨਾਲ